ਸੌਨਪੇਰ ਪਰ ਸਸ਼ੀਕਾਲ ਦੋਸਤ ਗੱਲ ਕਰਨ ਜਾ ਰਹੇ ਹਨ ਗਨ ਆਇਲਾ ਤੁਹਾਨੂੰ ਪਤਾ ਦੋਸਤ ਗਨ ਆਇਲਾ ਦੀ ਐਲਬਮ ਰੀਲੀਜ਼ ਹੋਈ 18 ਅਗਸਤ ਨੂੰ ਜਿਹਦਾ ਨਾਮ ਸੀ ਮੇਕਿੰਗ ਮੈਮਰੀ ਸੇ ਕਈ ਚਾਰਟਸ ਦੇ ਵਿੱਚ ਇਹਦੀ ਐਲਬਮ ਲੰਗੀ ਟੌਪ ਤੇ ਚੱਲਦੀ ਪਈ ਹੈ ਤੇ ਵੱਡੇ ਵੱਡੇ ਕਲਾਕਾਰਾਂ ਵੱਲੋਂ ਗਨ ਆਇਲਾ ਨੂੰ ਸਪੋਰਟ ਵੀ ਕੀਤਾ ਜਾ ਰਿਹਾ ਹੈ ਇਸੇ ਮੌਕੇ ਤੋਂ ਨਜ਼ਰ ਹੈ ਕਿ ਬਾਲੀਵੁੱਡ ਦੀ ਐਕਟ੍ਰੈਸ ਸ਼ਰਦਾ ਕਪੂਰ ਨੇ ਹੁਣ ਗਨ ਆਇਲਾ ਨੂੰ ਸਪੋਰਟ ਕੀਤੀ ਹੈ ਗਨ ਆਇਲਾ ਦੀ ਸਪੋਰਟ ਕਰਦੇ ਉਹਨਾਂ ਨੇ ਇੱਕ ਨਹੀਂ ਦੋ ਨਹੀਂ ਕੂੜੀਆਂ ਤਿੰਨ ਸਟੋਰੀਆਂ ਪਾਈਆਂ ਨੇ ਗਨ ਆਇਲਾ ਦੀ ਅਰਮਨ ਲੈ ਕੇ ਤੁਹਾਨੂੰ ਪਤਾ ਹੈ ਕਿ ਗਨ ਆਇਲਾ ਦੀ ਅਲਬਮ ਦੇ ਵਿੱਚ ਗਾਣਾ ਸੀ ਡ ਪ੍ਰੋਫਾਈਲ ਦੇ ਉੱਪਰ ਸ਼ੇਅਰ ਕੀਤਾ ਤੇ ਕਰਨ ਆਇਲਾ ਨੂੰ ਸਪੋਰਟ ਕੀਤੀ ਹੈ। ਨਾਲੇ ਦੋਸਤ ਕਰਨ ਆਇਲਾ ਦੀ ਇਹ ਅਨੰਦ ਜਿਹੜੀ ਹੈਗੀ ਹੈ ਯੀ ਦੋਸਤੋਂ ਪਹਿਲਾਂ ਅਭਿਸ਼ੇਕ ਬਚਨ ਵੀ ਸਪੋਰਟ ਕਰ ਚੁੱਕੇ ਨੇ ਉਹਨਾਂ ਨੇ ਵੀ ਐਡਮਾਇਰਿੰਗ ਨਿਊ ਗਾਣਾ ਜਿਹੜਾ ਹੈਗਾ ਸੀ ਆਪਣੇ ਪ੍ਰੋਫਾਈਲ ਦੇ ਉੱਪਰ ਸ਼ੇਅਰ ਕੀਤਾ ਸੀ ਨਾਲ ਦੋਸਤੋਂ ਕਰਨ ਔਇਲਾ ਦੇ ਇੱਕ ਲੇਟੈਸਟ ਇੰਟਰਵਿਊ ਸਾਹਮਣੇ ਆ ਰਹੀ ਜਿੰਦੇ ਵਿੱਚ ਉਹਨਾਂ ਨੇ ਖਾਸ ਕਰਕੇ ਗੱਲ ਕੀਤੀ ਏ ਜੋ ਦਲਜੀਤ ਦਸਾਂਜ ਨਾਲ ਉਹਨਾਂ ਦੀ ਕੋਲਾਬ ਆਈ ਸੀ ਤੇ ਹੁਣ ਉਹਨਾਂ ਨੇ ਫਿਰ ਇੱਛਾ ਜ਼ਾਹਿਰ ਕੀਤੀ ਏ ਕਿ ਦਲਜੀਤ ਦਸਾਂਜ ਦੇ ਨਾਲ ਉਹ ਫਿਰ ਕੋਲਾਬ ਕਰਨੀ ਚਾਹਣਗੇ ਯਾਨੀ ਕਿ ਇਨ ਫਿਊਚਰ ਹੋ ਸਕਦਾ ਹੈ ਕਿ ਆਪਾਂ ਨੂੰ ਦਲਜੀਤ ਦਸਾਂਜ ਦੀ ਆਉਣ ਵਾਲੀ ਐਲਬਮ ਦੇ ਵਿੱਚ ਕਰਨ ਔਇਲਾ ਦੇ ਨਾਲ ਕੋਈ ਗਾਣਾ ਦੇਖਣ ਨੂੰ ਮਿਲੇ ਕਿਉਂਕਿ ਕਰਨ ਉਹਨਾਂ ਨੇ ਹੋਰ ਅਪਡੇਟ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਹੋਰ ਵੀਡੀਓਸ ਤੋਂ ਧੰਨਵਾਦ